ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਬ੍ਰਹਮ ਕਵਚ ਦੀ ਗੁਰਬਾਣੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਣੀ ਸਿੰਘ ਜੀ ਦੇ ਬੇਨਤੀ ਕਰਨ 'ਤੇ ਬਖਸ਼ਿਸ਼ ਕੀਤੀ ਸੀ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ 'ਤੇ ਸ਼ਸਤਰ ਨਹੀਂ ਚੱਲਣ ਦਿੰਦੇ, ਆਪ ਕਿਰਪਾ ਕਰਕੇ ਤੁਰਕਾਂ ਦੀਆਂ ਕਲਮਾਂ ਸਿੰਘਾਂ ਜਾਂ ਗ੍ਰਸਤੀ ਪਰਿਵਾਰਾਂ 'ਤੇ ਅਸਰ ਨਾ ਕਰਨ। ਅਤੇ 10ਵੇਂ ਪਾਤਸ਼ਾਹ ਜੀ ਨੇ ਬ੍ਰਹਮ ਕਵਚ ਉਹਨਾਂ ਨੂੰ ਬਖਸ਼ਿਆ, ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਕਰਨ ਤੋਂ ਬਾਅਦ ਜਲ ਕੋਲ ਰੱਖ ਕੇ 32 ਵਾਰੀ ਇਸ ਦਾ ਜਾਪ ਕਰਨਾ ਹੈ, ਘੱਟ ਨਹੀਂ ਕਰਨਾ, ਵੱਧ ਜਿੰਨਾ ਮਰਜ਼ੀ ਪੜ੍ਹੋ। ਜੋ ਗ੍ਰਸਤੀ ਹਨ ਉਹਨਾਂ ਨੇ ਇਹ ਪਾਠ ਬੈੱਡ 'ਤੇ ਬੈਠ ਕੇ ਨਹੀਂ ਕਰਨਾ, ਥੱਲੇ ਚਿੱਟਾ ਕੱਪੜਾ ਵਿਛਾ ਕੇ ਪੂਰਵ ਦਿਸ਼ਾ ਵੱਲ ਮੁੱਖ ਕਰਕੇ ਅੱਗੇ ਜਲ ਰੱਖ ਕੇ ਪੜ੍ਹਨਾ ਹੈ। ਫੌਜੀ ਜੰਗ ਜਾਣ ਤੋਂ ਪਹਿਲਾਂ ਇਸ ਦਾ 125,000 ਪਾਠ ਕਰਨ, ਗ੍ਰਸਤੀ ਘੱਟੋ ਘੱਟ 32 ਵਾਰੀ ਰੋਜ਼ ਕਰੇ, ਜਲ ਛਕਣਾ ਘਰ ਵਿੱਚ, ਦੁਕਾਨ ਵਿੱਚ, ਜੋ ਗੱਡੀਆਂ, ਜੋ ਵੀ ਕੋਈ ਕੀਤਾ ਕਰਦਾ ਉਸ 'ਤੇ ਉਹ ਛਿੜਕਣਾ। ਜੋ ਵੀ ਇਹ ਪਾਪ ਕਰੇਗਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੇਗੀ, ਉਹਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ, ਸਾਰੇ ਪਾਪਾਂ ਦਾ ਨਾਸ਼ ਹੋਏਗਾ, ਅੰਤ ਸਮੇਂ ਮੁਕਤੀ ਮਿਲੇਗੀ। ਬ੍ਰਹਮ ਕਵਚ ਤੋਂ ਭਾਵ ਹੈ ਬ੍ਰਹਮੰਡ ਦੀਆਂ ਸ਼ਕਤੀਆਂ, ਉਹਦਾ ਕਵਚ ਬਣ ਜਾਂਦਾ ਉਹਨਾਂ ਸਾਰੀਆਂ ਸ਼ਕਤੀਆਂ ਦਾ, ਅਤੇ ਉਹ ਸਾਡੀ ਰੱਖਿਆ ਕਰਦੀਆਂ ਹਨ। ਜਿੰਨਾ ਅਸੀਂ ਕਿਸੇ ਚੀਜ਼ 'ਚ ਗੁੜ ਪਾਉਂਦੇ ਹਾਂ ਉਨਾ ਹੀ ਮਿੱਠਾ ਹੁੰਦਾ, ਉਸ ਹਿਸਾਬ ਨਾਲ ਜੇ ਅਸੀਂ ਬ੍ਰਹਮ ਕਵਚ ਪਾੜਦੇ ਹਾਂ, ਬੱਤੀ ਮਾਲਾ ਕਰਦੇ ਹਾਂ, ਤਾਂ ਸਾਨੂੰ ਉਨਾ ਹੀ ਫਲ ਮਿਲਦਾ, ਜੇ ਇਸ ਤੋਂ ਜ਼ਿਆਦਾ ਕਰਾਂਗੇ ਤਾਂ ਸਾਨੂੰ ਉਨਾ ਹੀ ਫਲ ਮਿਲੇਗਾ। ਇੱਕ ਸਿੱਖ ਨੇ ਕਿਹਾ, ਮੈਂ ਬਾਹਰ ਦੇ ਮੁਲਕ ਰਹਿੰਦਾ ਸੀ ਅਤੇ ਉੱਥੇ ਕਿਰਤ ਕਮਾਈ ਕਰਦਾ ਸੀ, ਮੇਰੇ ਘਰ ਮੇਰੇ ਪਿਤਾ ਜੀ ਬਿਮਾਰ ਹੋ ਗਏ ਅਤੇ ਮੈਂ ਬਾਹਰੋਂ ਇੱਥੇ ਆ ਗਿਆ, ਮੈਂ ਜੋ ਕਮਾਇਆ ਸੀ ਉਹ ਵੀ ਆਪਣੇ ਨਾਲ ਲੈ ਕੇ ਆ ਗਿਆ, ਪਿਤਾ ਜੀ ਦੀ ਹਾਲਤ ਦਿਨ ਬ ਦਿਨ ਹੋਰ ਖਰਾਬ ਹੁੰਦੀ ਜਾ ਰਹੀ ਸੀ, ਮੈਂ ਜੋ ਕਮਾਇਆ ਮੈਂ ਸਭ ਉਹਨਾਂ 'ਤੇ ਲਾਤਾ, ਪਰ ਕਿਸੇ ਪਾਸੋਂ ਕੋਈ ਆਰਾਮ ਨਹੀਂ ਮਿਲਿਆ ਅਤੇ ਜੋ ਵੀ ਹੈਗਾ ਸੀ ਉਹ ਤਾਂ ਸਭ ਖਰਚ ਚੁੱਕਿਆ ਸੀ, ਘਰ ਦੇ ਵਿੱਚ ਗਰੀਬੀ ਆ ਗਈ। ਫਿਰ ਮੈਂ ਕਿਤੋਂ ਸੁਣਿਆ ਕਿ ਬ੍ਰਹਮ ਕਵਚ ਦਾ ਪਾਠ ਕਰੀਏ ਤਾਂ ਸਭ ਮਿਲ ਜਾਂਦਾ, ਇਹ ਸਭ ਬਿਮਾਰੀਆਂ, ਕਲੇਸ਼ਾਂ ਅਤੇ ਗਰੀਬੀ ਨੂੰ ਦੂਰ ਕਰਨ ਦਾ ਇੱਕੋ ਇੱਕ ਰਾਹ ਹੈ। ਅਤੇ ਉਹਨਾਂ ਫਿਰ ਇੱਕ ਸੰਤ ਜੀ ਪਾਸੇ ਗਏ, ਕਿਹਾ, ਸੰਤ ਜੀ ਮੈਂ ਇਹ ਸੁਣਿਆ, ਮੈਂ ਪਹਿਲਾਂ ਹੀ ਬੜਾ ਦੁਖੀ ਹਾਂ, ਜੇ ਤੁਸੀਂ ਮੈਨੂੰ ਦੱਸ ਦਿਉ ਕਿ ਇਸ ਦਾ ਕੋਈ ਫਲ ਹੈਗਾ ਤਾਂ ਮੈਂ ਕਰ ਲਾਂ, ਨਹੀਂ ਤਾਂ ਵਾਹਿਗੁਰੂ ਜਿਵੇਂ ਮੇਰੀ ਜ਼ਿੰਦਗੀ ਚੱਲ ਰਹੀ ਹੈ ਮੈਂ ਵਾਹਿਗੁਰੂ ਉਵੇਂ ਚਲਾ ਲਾਂਗਾ। ਸੰਤ ਜੀ ਕਹਿੰਦੇ, ਸਵੇਰੇ ਉੱਠ, ਇਸ਼ਨਾਨ ਕਰ, ਸਾਫ਼ ਕੱਪੜਾ ਥੱਲੇ ਵਿਛਾ ਅਤੇ ਉਸ ਉੱਪਰ ਜਲ ਜੇ ਜੋਤ ਲਗਾ ਸਕਦਾ ਅਤੇ ਲਗਾ, ਅਤੇ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਲਈ ਅਤੇ ਉਸ ਤੋਂ ਬਾਅਦ ਇਹ ਪਾਠ ਆਰੰਭ ਕਰੀ। ਜੋ ਗੁਰੂ ਦੀ ਗੁਰਬਾਣੀ ਅਤੇ ਗੁਰੂ 'ਤੇ ਸੰਦੇਹ ਕਰਦੇ ਨੇ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ, ਕਿਉਂਕਿ ਉਸਨੂੰ ਆਪਣੇ ਗੁਰੂ 'ਤੇ ਹੀ ਯਕੀਨ ਨਹੀਂ, ਭਰੋਸਾ ਨਹੀਂ ਹੈ ਅਤੇ ਹੋਰ ਕਿਸ 'ਤੇ ਕਰੇਗਾ। ਜਿਸ ਨੂੰ ਖੁਦ 'ਤੇ ਆਪਣੇ ਗੁਰੂ 'ਤੇ ਭਰੋਸਾ ਨਹੀਂ ਨਾ, ਉਹ ਸਮਝ ਲਓ ਉਹਨੂੰ ਆਪਣੇ ਆਪ 'ਤੇ ਵੀ ਭਰੋਸਾ ਨਹੀਂ। ਹਮੇਸ਼ਾ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸੱਤ ਬਚਨ ਕਹਿ ਕੇ ਪ੍ਰਵਾਨ ਕਰੋ, ਇਹੀ ਸਾਡੀ ਸਿੱਖੀ ਕਹਿੰਦੀ ਹੈ। ਕਿਉਂਕਿ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦਾ ਕਦੀ ਗਲਤ ਨਹੀਂ ਸੋਚਦੇ, ਉਵੇਂ ਉਹ ਗੁਰੂ ਨੇ, ਉਹ ਗੁਰੂ ਵੀ ਕਦੀ ਸਾਡਾ ਗਲਤ ਨਹੀਂ ਸੋਚਣਗੇ। ਜੇ ਮਾਤਾ ਪਿਤਾ ਕੋਈ ਗੱਲ ਕਹਿੰਦੇ ਨੇ ਉਹ ਸੋਚ ਵਿਚਾਰ ਕੇ ਪਰਖ ਕੇ ਗੱਲ ਕਰਦੇ ਹਨ ਤਾਂ ਕਿ ਇਸ 'ਚ ਮੇਰੇ ਬੱਚੇ ਦੀ ਭਲਾਈ ਹੈ, ਉਵੇਂ ਗੁਰੂ ਜੀ ਸਾਡੇ ਲਈ ਸੋਚ ਪਰਖ ਕੇ ਉਹ ਰਾਹ ਚੁਣਦੇ ਨੇ ਕਿ ਇਸ 'ਤੇ ਮੇਰਾ ਸਿੱਖ ਚੱਲੇਗਾ ਅਤੇ ਹਮੇਸ਼ਾ ਸੁਖੀ ਹੀ ਰਹੇਗਾ। ਇਸ ਲਈ ਕਦੇ ਵੀ ਗੁਰਾਂ ਦੇ ਬਚਨ 'ਤੇ ਜੋ ਗੁਰੂ ਬੋਲਦੇ ਨੇ ਉਹ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਹਮੇਸ਼ਾ ਸੱਤ ਬਚਨ ਕਹਿ ਕੇ ਪ੍ਰਵਾਨ ਕਰਨੇ ਚਾਹੀਦੇ ਨੇ। ਇੱਕ ਵਾਰ ਰਾਤ ਦਾ ਸਮਾਂ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਾਈ ਲੈਣਿਆ ਉੱਠ, ਦੇਖ ਸਵੇਰ ਹੋ ਗਈ ਹੈ, ਸੂਰਜ ਚਾੜਾ ਹੈ ਅਤੇ ਤੁਸੀਂ ਹਜੇ ਤੱਕ ਸੁੱਤੇ ਹੋ, ਉੱਠੋ, ਵਸਤਰ ਧੋ ਕੇ ਲਿਆਓ, ਇਹਨਾਂ ਨੂੰ ਸੁਕਾ ਕੇ ਅਤੇ ਲੈ ਆਓ। ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ, ਗੁਰੂ ਜੀ ਅਜੇ ਤਾਂ ਰਾਤ ਹੋਈ ਹੈ, ਤੁਸੀਂ ਕਿੱਧਰੋਂ ਦਿਨ ਚੜ੍ਹਾਈ ਜਾਂਦੇ ਹੋ, ਤੁਸੀਂ ਵੇਖ ਲਓ ਬਾਹਰ ਨਿਕਲ ਕੇ ਹਜੇ ਰਾਤ ਹੈ। ਅਤੇ ਉਹ ਕਹਿੰਦੇ, ਨਹੀਂ, ਸੂਰਜ ਨਿਕਲਿਆ ਹੋਇਆ। ਉਹ ਜਦੋਂ ਦੁਬਾਰਾ ਕਹਿੰਦੇ, ਭਾਈ ਲੈਣਿਆ ਉੱਠ, ਤਾਂ ਉਹ ਜਦੋਂ ਉੱਠਦੇ ਨੇ ਉਹ ਕਿ ਭਾਈ ਬੁੱਢਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਹਜੇ ਤਾਂ ਰਾਤ ਹੈ, ਉਹਨਾਂ ਕਹਿਤਾ ਤਾਂ ਤੁਸੀਂ ਵੀ ਮੰਨ ਲਿਆ, ਰਾਤ ਹੈ ਸੋ ਜਾਓ, ਸਵੇਰ ਹੋਏਗੀ ਧੋ ਲਿਆਇਓ, ਹੁਣ ਕਿੱਥੇ ਸੁਕਾਉਂਦੇ ਫਿਰੋਗੇ ਕੱਪੜੇ। ਉਹ ਕਹਿੰਦੇ, ਨਹੀਂ, ਗੁਰੂ ਜੀ ਦਾ ਹੁਕਮ ਹੈ, ਜੇ ਉਹਨਾਂ ਕਿਹਾ ਤਾਂ ਐਵੇਂ ਹੀ ਹੋਏਗਾ। ਉਹ ਉੱਠੇ ਅਤੇ ਚੱਲ ਪਏ, ਉਹਨਾਂ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ। ਉਹ ਜਦੋਂ ਦਰਿਆ ਦੇ ਕੋਲ ਜਾਂਦੇ ਹਨ ਉੱਥੇ ਦੇਖਦੇ ਨੇ ਉੱਥੇ ਸੱਚੀ ਹੀ ਸੂਰਜ ਨਿਕਲਿਆ ਹੁੰਦਾ। ਪਹਿਲਾਂ ਤਾਂ ਉਹ ਦੇਖ ਕੇ ਹੈਰਾਨ ਹੁੰਦੇ ਨੇ, ਫਿਰ ਕਹਿੰਦੇ ਨੇ ਕਿ ਉਹ ਵਾਹਿਗੁਰੂ ਨੇ, ਉਹ ਕੁਝ ਵੀ ਕਰ ਸਕਦੇ ਹਨ। ਅਤੇ ਫਿਰ ਉਹ ਵਸਤਰ ਧੋਂਦੇ ਨੇ, ਉੱਥੇ ਸੁਕਾ ਕੇ ਤੈਅ ਲਗਾ ਕੇ ਅਤੇ ਵਾਪਸ ਲੈ ਆਉਂਦੇ ਨੇ। ਉਹ ਥੋੜ੍ਹੇ ਹੀ ਸਮੇਂ ਵਿੱਚ ਵਾਪਸ ਆ ਜਾਂਦੇ ਨੇ। ਜਦੋਂ ਉੱਥੋਂ ਚੱਲਦੇ ਨੇ ਉੱਥੇ ਸੂਰਜ ਹੀ ਨਿਕਲਿਆ ਹੁੰਦਾ, ਪਰ ਜਦੋਂ ਉੱਥੇ ਵਾਪਸ ਆਉਂਦੇ ਨੇ ਤਾਂ ਉੱਥੇ ਦੇਖਦੇ ਨੇ ਉੱਥੇ ਹਜੇ ਵੀ ਹਨੇਰਾ ਆਉਂਦਾ।
ਆ ਕੇ ਉੱਥੇ ਵਸਤਰ ਧਰ ਦਿੰਦੇ ਨੇ ਗੁਰੂ ਨਾਨਕ ਜੀ ਕੋਲ। ਤਾਂ ਬਾਬਾ ਬੁੱਢਾ ਜੀ ਕਹਿੰਦੇ, ਭਾਈ ਲੈਣਾ ਜੀ ਗੱਲ ਤਾਂ ਦੱਸੋ, ਅੱਧੀ ਰਾਤ ਹੈ, ਹਨੇਰਾ, ਤਾਂ ਤੁਸੀਂ ਕੱਪੜੇ ਵੀ ਹਨੇਰੇ 'ਚ ਕਿਵੇਂ ਧੋ ਕੇ ਲਿਆਏ, ਸੁਕਾ ਵੀ ਲੈ ਆਇਓ ਅਤੇ ਤੈਅ ਵੀ ਲੈ ਆਇਓ, ਮੈਨੂੰ ਸਮਝ ਨਹੀਂ ਆਈ ਇਹ ਸਭ ਕਿਵੇਂ ਹੋਇਆ। ਉਹ ਕਹਿੰਦੇ, ਬੁੱਢਾ ਜੀ, ਬਾਬਾ ਬੁੱਢਾ ਜੀ, ਤੁਸੀਂ ਇੱਕ ਗੱਲ ਦੱਸੋ ਮੈਨੂੰ, ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਕੀ ਸਮਝਦੇ ਹੋ? ਉਹਨਾਂ ਕਿਹਾ, ਇਹ ਨਿਰੰਕਾਰ ਨੇ। ਕਹਿੰਦੇ, ਫਿਰ ਦੱਸੋ, ਜੋ ਸਭ ਇਹ ਨੌਖੰਡ ਚੱਲਦੇ ਪਏ ਨੇ, ਇਹ ਜੋ ਸਾਰਾ ਕੁਛ ਹੁੰਦਾ ਪਿਆ, ਇਹ ਨਿਰੰਕਾਰ ਦੇ ਕਾਰਨ ਮਰਜ਼ੀ ਨਾਲ ਹੀ ਹੋ ਰਿਹਾ ਨਾ? ਉਹ ਕਹਿੰਦੇ, ਹਾਂਜੀ, ਫਿਰ ਨਿਰੰਕਾਰ ਦੇ ਹੁਕਮਾਂ ਦੇ ਨਾਲ ਸੂਰਜ ਕਿਉਂ ਨਹੀਂ ਚੜ੍ਹ ਸਕਦਾ? ਉਹ ਕਹਿੰਦੇ, ਉਹਨਾਂ ਨੂੰ ਬਾਅਦ 'ਚੋਂ ਜਦੋਂ ਕਿਹਾ ਤਾਂ ਉਹਨਾਂ ਨੂੰ ਬਾਅਦ 'ਚੋਂ ਸਮਝ ਆਈ। ਉਹ ਕਹਿੰਦੇ, ਤੁਸੀਂ ਸਮਝ ਗਏ ਸੀ ਗੁਰੂ ਦੀ ਰਮਜ, ਪਰ ਮੈਂ ਨਹੀਂ ਸਮਝ ਸਕਿਆ। ਫਿਰ ਗੁਰੂ ਦੇ ਹੁਕਮ ਨਾਲ ਚੱਲਦੇ ਨੇ ਤਾਂ ਫਿਰ ਸੂਰਜ ਕਿਉਂ ਨਹੀਂ ਨਿਕਲ ਸਕਦਾ? ਉਹਨਾਂ ਕਿਹਾ, ਹਾਂਜੀ, ਮੈਂ ਸਮਝ ਗਿਆ, ਗੱਲ ਸਿਰਫ ਸਮਝਣ ਵਾਲੀ ਹੈ। ਸੱਤ ਬਚਨ ਕਹਿਣੇ ਸਿੱਖ ਲਵੋ, ਜੋਤ ਲਾ ਕੇ ਚੜ੍ਹਦੇ ਵੱਲ ਮੂੰਹ ਕਰਕੇ ਬੈਠਣਾ ਅਤੇ ਧਿਆਨ ਲਾ ਕੇ ਪਾਠ ਕਰਨਾ। ਜੇ ਪ੍ਰਭੂ ਦੀ ਪ੍ਰਾਪਤੀ ਹੀ ਕਰਨੀ ਹੈ ਨਾ, ਤਾਂ ਵਾਹਿਗੁਰੂ ਕਹਿੰਦੇ, ਜਿੱਧਰ ਮਰਜ਼ੀ ਮੂੰਹ ਕਰ ਲੈ, ਭਾਵੇਂ ਪੁੱਠਾ ਲਟਕ ਜਾ, ਬਸ ਤੂੰ ਨਾਮ ਜਪ ਸਹੀ। ਵਾਹਿਗੁਰੂ ਦੀ ਪ੍ਰਾਪਤੀ ਲਈ ਕੋਈ ਦਿਸ਼ਾ ਨਹੀਂ ਹੁੰਦੀ, ਪਰ ਮਰਿਆਦਾ ਵਿੱਚ ਲਿਖਿਆ ਹੈ ਕਿ 32 ਵਾਰ ਬ੍ਰਹਮ ਕਵਚ ਪਾਠ ਕਰਨਾ ਅਤੇ ਚੜ੍ਹਦੇ ਵਾਲੀ ਹੀ ਮੂੰਹ ਕਰਨਾ। ਪਾਠ ਕਰਦੇ ਇਹ ਨਹੀਂ ਸੋਚਣਾ ਕਿ ਮੈਂ ਅੰਮ੍ਰਿਤ ਨਹੀਂ ਛਕਿਆ, ਤਾਂ ਤੁਸੀਂ ਪਾਠ ਤਾਂ ਵੀ ਕਰੋ। ਜੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਅੱਜ ਤੁਸੀਂ ਪਾਠ ਕਰ ਰਹੇ ਹੋ ਤਾਂ ਉਹ ਵਾਹਿਗੁਰੂ ਤੁਹਾਡੇ 'ਤੇ ਮਿਹਰ ਕਰਨਗੇ, ਤੁਸੀਂ ਅੰਮ੍ਰਿਤ ਵੀ ਆਪੇ ਛਕ ਲਓਗੇ। ਕਈ ਲੋਕ ਕਹਿੰਦੇ ਨੇ ਕਿ ਮੈਂ ਅੰਮ੍ਰਿਤ ਨਹੀਂ ਛਕਿਆ, ਪਰ ਵਾਹਿਗੁਰੂ ਅੰਮ੍ਰਿਤ ਵਰਗਾ ਹੀ ਹੈ, ਮੈਂ ਕੁਛ ਹੋਰ ਨਹੀਂ ਖਾਂਦਾ, ਮੈਂ ਕੁਛ ਵੀ ਗਲਤ ਨਹੀਂ ਖਾਂਦਾ। ਪਰ ਸਿੱਖੋ, ਜੇ ਵਾਹਿਗੁਰੂ ਨੇ ਤੁਹਾਨੂੰ ਇਹ ਦਾਤ ਦਿੱਤੀ ਹੈ ਤਾਂ ਕੁਛ ਸੋਚ ਸਮਝ ਕੇ ਹੀ ਦਿੱਤੀ ਹੋਏ, ਫਿਰ ਤੁਸੀਂ ਉਸ ਦਾ ਕਿਉਂ ਨਹੀਂ ਪਾਲਣ ਕਰਦੇ? ਗੱਲ ਤਾਂ ਸਿਰਫ ਹੁਕਮਾਂ ਦੀ ਪਾਲਣਾ ਕਰਨ ਦੀ ਹੈ ਨਾ, ਤਾਂ ਫਿਰ ਆਪਾਂ ਕਿਉਂ ਨਹੀਂ ਕਰਦੇ? ਜੇ ਕੋਈ ਸੋਚੇ ਕਿ ਮੈਂ ਸਿੱਖੀ ਨਹੀਂ ਅਪਣਾਈ, ਤਾਂ ਤੁਸੀਂ ਇਹ ਵੀ ਆਪਣੇ ਮਨ ਵਿੱਚੋਂ ਵਹਿਮ ਕੱਢ ਦਿਉ। ਉਹ ਵਾਹਿਗੁਰੂ ਜੇ ਤੁਹਾਨੂੰ ਪਾਠ ਕਰਨ ਦਾ ਬਲ ਬਖਸ਼ਦੇ ਪਏ ਨੇ ਨਾ, ਤਾਂ ਸਿੱਖੀ ਵੀ ਬਖਸ਼ਣਗੇ, ਤੁਸੀਂ ਸਿਰਫ ਆਪਣਾ ਧਿਆਨ ਲਾ ਕੇ ਪਾਠ ਕਰੋ। ਜੇ ਵਾਹਿਗੁਰੂ ਅੱਜ ਤੁਹਾਨੂੰ ਪਾਠ ਕਰਨ ਦਾ, ਗੁਰਬਾਣੀ ਦੇ ਜਾਪ ਕਰਨ ਦਾ ਫਲ ਦੇ ਰਹੇ ਨੇ, ਇੰਨਾ ਬਲ ਦੇ ਰਹੇ ਨੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਰਹੇ ਹੋ, ਕੇਸੀ ਇਸ਼ਨਾਨ ਕਰ ਰਹੇ ਹੋ, ਪਾਠ ਕਰ ਰਹੇ ਹੋ ਅਤੇ ਪੂਰੀ ਮਰਿਆਦਾ ਨਾਲ ਨਿਭਾ ਰਹੇ ਹੋ, ਤਾਂ ਫਿਰ ਵਾਹਿਗੁਰੂ ਤੁਹਾਨੂੰ ਆਪੇ ਹੀ ਸਿੱਖੀ ਵੀ ਪ੍ਰਦਾਨ ਕਰਨਗੇ। ਗੰਗਾਨਗਰ ਵਿੱਚ ਇੱਕ ਸਿੱਖ ਸੀ, ਉਹਨੇ ਆਪਣੇ ਮਨ ਵਿੱਚ ਧਾਰ ਲਿਆ ਕਿ ਉਹ ਪਾਠ ਕਰਨਗੇ। ਉਹ ਨਾ ਵਾਲ ਵੀ ਨਹੀਂ ਸੀ ਰੱਖੇ ਹੋਏ, ਕੇਸ ਵਗੈਰਾ ਕੁਛ ਨਹੀਂ ਸੀ ਰੱਖਿਆ ਹੋਇਆ, ਥੋੜ੍ਹੇ ਦਿਨ ਪਾਠ ਕਰਦੇ ਰਹੇ, ਬਾਅਦ 'ਚ ਛੱਡ ਦਿੱਤਾ ਅਤੇ ਸਿੱਖੀ ਵੀ ਉਹਨਾਂ ਨੇ ਕਿਹਾ ਕਿ ਵੇਖਾਂਗੇ ਬਾਅਦ 'ਚੋਂ। ਪਰ ਜਦੋਂ ਉਹਨਾਂ ਪਾਠ ਛੱਡਿਆ, ਵਾਹਿਗੁਰੂ ਜੀ ਦਾ ਐਸਾ ਸੁਪਨਾ ਆਇਆ ਕਿ ਉਹ ਪਾਠ ਵੀ ਕਰਨ ਲੱਗ ਗਏ ਅਤੇ ਨਾਲ ਸਿੱਖੀ ਵੀ ਧਾਰ ਲਈ। ਉਹਨਾਂ ਉਸ ਦਿਨ ਤੋਂ ਕਿਹਾ ਕਿ ਵਾਹਿਗੁਰੂ, ਮੈਂ ਅੱਜ ਤੋਂ ਕਦੀ ਵੀ ਪਾਠ ਨਹੀਂ ਛੱਡਾਂਗਾ, ਚਾਹੇ ਜ਼ਿੰਦਗੀ 'ਚ ਕੁਛ ਵੀ ਹੋਏ, ਮੈਨੂੰ ਤੁਹਾਡੇ ਹੁਕਮਾਂ 'ਤੇ ਚੱਲਣਾ ਅਤੇ ਮੈਨੂੰ ਇਹੀ ਤੁਹਾਡੀ ਸਿੱਖਿਆ ਜੋ ਹੈ ਮੈਨੂੰ ਸਭ ਤੋਂ ਪਿਆਰੀ ਲੱਗਦੀ ਹੈ ਅਤੇ ਮੈਂ ਰਹਿਤ ਮਰਿਆਦਾ ਵਿੱਚ ਹੀ ਰਵਾਂਗਾ, ਕਿਉਂਕਿ ਉਹਨੇ ਸੱਤ ਬਚਨ ਕਹਿਣੇ ਸਿੱਖ ਲਏ ਸੀ। ਕੋਈ ਵੀ ਘਰ 'ਚ ਲੜਾਈ ਹੋਵੇ, ਕਲੇਸ਼ ਹੋਵੇ, ਮੁਸੀਬਤ ਆਏ, ਕਦੇ ਕੁਝ ਵੀ ਆਵੇ, ਉਦੋਂ ਤੁਸੀਂ ਇਹ ਪਾਠ ਕਰਕੇ ਦੇਖ ਲਿਓ, ਉਸ ਤੁਹਾਨੂੰ ਆਪੇ ਹੀ ਗੁਰੂ ਦੀ ਬਖਸ਼ਿਸ਼ ਦਿਖ ਜਾਏਗੀ ਕਿ ਗੁਰੂ ਸਾਡੇ 'ਤੇ ਕਿਵੇਂ ਬਖਸ਼ਿਸ਼ ਕਰਦੇ ਨੇ। ਹਰੇਕ ਚੀਜ਼ ਦਾ ਇੱਕ ਆਪਣਾ ਭਾਵ ਹੁੰਦਾ, ਤੁਸੀਂ ਇਸ ਨੂੰ ਬ੍ਰਹਮ ਕਵਚ ਪਾਠ ਨੂੰ ਵਿਧੀ ਅਨੁਸਾਰ ਕਰਕੇ ਦੇਖ ਲਓ ਅਤੇ ਤੁਸੀਂ ਖੁਦ ਹੀ ਜਦੋਂ 40 ਦਿਨ 32 ਵਾਰੇ ਪਾਠ ਕਰੋਗੇ, ਤੁਹਾਡੇ ਮਨ ਦੇ ਅੰਦਰ ਇੱਕ ਵੱਖਰਾ ਹੀ ਪ੍ਰਭਾਵ ਹੋਵੇਗਾ ਅਤੇ ਵੱਖਰਾ ਹੀ ਇੱਕ ਉਤਸ਼ਾਹ ਹੋਵੇਗਾ। ਤੁਸੀਂ ਤੁਹਾਡੇ ਨੇੜੇ ਕੋਈ ਵੀ ਕੋਈ ਰੋਗ, ਕੋਈ ਗਰੀਬੀ, ਕੋਈ ਦੁੱਖ ਕੁਛ ਨਹੀਂ ਆਏਗਾ, ਕਿਉਂਕਿ ਤੁਸੀਂ ਉਸ ਵਾਹਿਗੁਰੂ ਦੇ ਨੇੜੇ ਪਹੁੰਚ ਗਏ ਹੋ। ਤੁਹਾਡੇ ਜੋ ਵੀ ਦੁੱਖ ਸਨ ਉਹ ਵਾਹਿਗੁਰੂ ਨੇ ਸਾਰੇ ਕੱਟ ਲਏ ਹਨ ਅਤੇ ਤੁਹਾਨੂੰ ਹੁਣ ਸਿਰਫ ਸੁੱਖਾਂ ਦੀ ਹੀ ਪ੍ਰਾਪਤੀ ਕੀਤੀ ਹੈ, ਕਿਉਂਕਿ ਵਾਹਿਗੁਰੂ ਕਹਿੰਦੇ ਨੇ, ਜੋ ਗੁਰਬਾਣੀ ਦੇ ਲੜ ਲੱਗਦਾ, ਜੋ ਆਪਣੇ ਗੁਰੂ ਦੀ ਪਾਲਣਾ ਕਰਦਾ, ਸਿੱਖਿਆ 'ਤੇ ਚੱਲਦਾ, ਉਹਨੂੰ ਕਦੀ ਕੋਈ ਦੁੱਖ ਰੋਗ ਨਹੀਂ ਹੁੰਦਾ। ਤੁਸੀਂ ਆਪਣੇ ਘਰ ਹੀ ਦੇਖ ਲਓ, ਅਗਰ ਤੁਸੀਂ ਮਾਤਾ ਪਿਤਾ ਜੋ ਕਹਿੰਦੇ ਹਨ ਉਹ ਹੀ ਮੰਨਦੇ ਹੋ ਅਤੇ ਉਹਨਾਂ ਨੇ ਤੁਹਾਡੇ ਉਹਨਾਂ ਦੀ ਸਿੱਖਿਆ ਦੇ ਰਾਹ 'ਤੇ ਚੱਲਦੇ ਹੋ, ਤੁਸੀਂ ਕੋਈ ਚੀਜ਼ ਮੰਗਦੇ ਹੋ ਕਦੀ ਮਨਾ ਕਰਦੇ ਨੇ? ਨਹੀਂ ਨਾ, ਚਾਹੇ ਉਸ ਸਮੇਂ ਤੁਹਾਨੂੰ ਉਹ ਨਹੀਂ ਲੈ ਕੇ ਦੇ ਸਕਦੇ ਤਾਂ ਉਹ ਨਹੀਂ ਦਿੰਦੇ, ਪਰ ਕੁਝ ਸਮੇਂ ਪਸ਼ਚਾਤ ਉਹ ਆਪੇ ਚੀਜ਼ ਲੈ ਕੇ ਦਿੰਦੇ ਨੇ। ਐਵੇਂ ਹੀ ਉਹ ਵਾਹਿਗੁਰੂ ਨੇ, ਜਦੋਂ ਤੁਹਾਡੇ ਲਈ ਉਹ ਨਿਸ਼ਚਿਤ ਸਮਾਂ ਆ ਜਾਂਦਾ, ਜਦੋਂ ਉਹਨਾਂ ਨੂੰ ਲੱਗਦਾ ਕਿ ਇਸ ਨੂੰ ਇਹ ਚੀਜ਼ ਪ੍ਰਦਾਨ ਕਰਨੀ ਚਾਹੀਦੀ ਹੈ, ਉਹ ਆਪੇ ਹੀ ਤੁਹਾਨੂੰ ਦਿੰਦੇ ਨੇ। ਤੁਸੀਂ ਸਿਰਫ ਕਿਰਤ ਕਰੋ, ਫਲ ਦੀ ਚਿੰਤਾ ਨਾ ਕਰੋ, ਕਿਉਂਕਿ ਫਲ ਤਾਂ ਮਿਲਣਾ ਹੀ ਮਿਲਣਾ, ਉਹ ਵਾਹਿਗੁਰੂ ਦੇਗਾ। ਜੇ ਮਾੜੇ ਕਰਮਾਂ ਦਾ ਫਲ ਮਿਲਦਾ ਤਾਂ ਚੰਗੇ ਕਰਮਾਂ ਦਾ ਹੀ ਫਲ ਮਿਲਦਾ। ਜੇ ਅਸੀਂ ਕਿਸੇ ਨਾਲ ਮਾੜਾ ਕਰਦੇ ਹਾਂ, ਕਿਸੇ ਨੂੰ ਫਿੱਕੇ ਬੋਲ ਬੋਲਦੇ ਹਾਂ, ਕਿਸੇ ਨੂੰ ਹਮੇਸ਼ਾ ਨੀਚਾ ਵਿਖਾਉਂਦੇ ਹਾਂ, ਤਾਂ ਯਾਦ ਰੱਖੋ ਉਹ ਮੁੜ ਕੇ ਤੁਹਾਡੇ ਵੱਲ ਵੀ ਆਏਗਾ। ਜੇ ਆਪਾਂ ਕਦੇ ਕਿਸੇ 'ਤੇ ਇੱਕ ਉਂਗਲ ਚੱਕਦੇ ਹਾਂ ਤਾਂ ਤੁਸੀਂ ਆਪਣੇ ਹੱਥ ਵੱਲ ਦੇਖ ਲਓ, ਉਹ 3 ਉਂਗਲਾਂ ਵਾਪਸ ਤੁਹਾਡੇ ਵੱਲ ਹੀ ਆ ਰਹੀਆਂ ਨੇ। ਇਸ ਲਈ ਕਿਸੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇਹ ਸੋਚ ਲਓ ਕਿ ਵਾਹਿਗੁਰੂ ਦੀ ਤੁਹਾਡੇ 'ਤੇ ਨਿਗਾਹ ਹੈ,
ਵਾਹਿਗੁਰੂ ਤੁਹਾਨੂੰ ਦੇਖ ਰਹੇ ਨੇ, ਆਪਾਂ ਜੋ ਬੀਜਦੇ ਹਾਂ ਉਹੀ ਖਾਂਦੇ ਹਾਂ। ਫਿਰ ਜਦੋਂ ਪਤਾ ਹੈ ਕਿ ਜੋ ਬੀਜਣਾ ਉਹੀ ਖਾਣਾ, ਤਾਂ ਫਿਰ ਚੰਗਾ ਹੀ ਕਿਉਂ ਨਹੀਂ ਬੀਜਦੇ, ਚੰਗਾ ਕਿਉਂ ਨਹੀਂ ਕਰਦੇ? ਚੰਗੇ ਕਰਮ ਕਰਾਂਗੇ ਤਾਂ ਚੰਗਾ ਹੀ ਮਿਲੇਗਾ। ਇਸ ਲਈ ਵਾਹਿਗੁਰੂ ਜੀ ਕਹਿੰਦੇ ਨੇ, ਤੂੰ ਗੁਰਬਾਣੀ ਦਾ ਜਾਪ ਕਰ, ਵਾਹਿਗੁਰੂ ਦੇ ਲੜ ਲੱਗ। ਤੂੰ ਆਇਆ ਹੀ ਧਰਤੀ 'ਤੇ ਇਹ ਸਭ ਕੁਛ ਕਰਨ ਹੈ, ਨਾ ਕਿ ਤੂੰ ਕਿਸੇ ਦੀ ਈਰਖਾ ਕਰਨ ਆਇਆ ਕਿ ਉਹਨੇ ਇੱਡਾ ਮਹਿਲ ਕੋਠੀ ਛੱਤ ਲਈ ਤਾਂ ਮੈਂ ਵੀ ਉੱਡੀ ਬਣਾਉਣੀ ਹੈ। ਰੀਸ ਪਰੀਸ ਨਹੀਂ ਕਰਨੀ, ਕਰਨੀ ਹੈ ਤਾਂ ਚੰਗੇ ਕਰਮਾਂ ਦੀ ਕਰੋ।